ਜੀ, ਪਾਰਟੀ ਵੱਲੋਂ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਕਿ ਤੁਸੀਂ ਲੀਡ ਕਰੋ। ਵੈਸੇ ਮੇਰੇ ਨਾਂ ਨਾਲ ਭਾਵੇਂ ਮੂਹਰੇ ਪ੍ਰਧਾਨ ਲਾ ਦਿਓ, ਭਾਵੇਂ ਜੋ ਮਰਜ਼ੀ ਲਾ ਦਿਓ, ਪਰ 17.5 ਸਾਲ ਦੀ ਉਮਰ ਜਿਹੜਾ ਭਗਵੰਤ ਮਾਨ ਬਣਾਤਾ ਸੀ, ਉਹ ਤੋਂ ਵੱਡਾ ਕੁਛ ਨਹੀਂ ਹੋ ਸਕਦਾ। ਮੈਂ ਤਾਂ ਪਹਿਲਾਂ ਬਿਨਾਂ ਪ੍ਰਧਾਨ ਤੋਂ ਵੀ ਜਿੱਥੇ ਵੀ ਮੇਰੀ ਡਿਊਟੀ ਲੱਗਦੀ ਹੈ ਮੈਂ ਜਾਂਦਾ, ਭਾਵੇਂ ਹਰਿਆਣੇ 'ਚ ਵੀ ਮੇਰੀ ਡਿਊਟੀ ਲੱਗੀ ਸੀ, ਗੋਆ ਲੱਗੀ ਸੀ, ਤੇ ਜਿੱਥੇ ਵੀ ਪੰਜਾਬ ਦੇ ਵਿੱਚ ਜਾਵਾਂਗੇ ਪਾਰਟੀ ਦੀਆਂ ਨੀਤੀਆਂ ਜਿਹੜੀਆਂ ਨੇ ਕਲੀਅਰ ਕਰਕੇ ਫਿਰ ਮੈਂ ਅਗਲੀ ਉਹ ਕਰੂੰਗਾ। ਹਾਂਜੀ, ਉਹ ਕੱਲ੍ਹ ਨੂੰ ਦੱਸ ਦਾਂਗੇ ਜੀ। ਲੋਕ ਸਭਾ ਵੀ ਸ਼ੁਰੂ ਹੋ ਰਹੀ ਹੈ ਜੀ 31 ਤੋਂ 11 ਤੱਕ, ਅਤੇ ਬਜਟ ਸੈਸ਼ਨ ਹੈ। ਸੋ ਉਹੀ ਮੁੱਦੇ ਨੇ ਪੰਜਾਬ ਦੇ ਲੋਕਾਂ ਦੇ, ਦਲਿਤਾਂ ਦੀਆਂ ਜਿਹੜੀਆਂ ਵਜ਼ੀਫਿਆਂ ਦੀਆਂ ਰਕਮਾਂ ਨੇ ਉਹ ਕਿੱਧਰ ਗਈਆਂ, ਠੀਕ ਹੈ ਜੀ। ਨਰੇਗਾ ਦੇ ਪੈਸੇ ਨਹੀਂ ਮਿਲ ਰਹੇ, ਅਤੇ ਪਾਰਲੀਮੈਂਟ ਦੇ ਵਿੱਚ ਮੈਂ ਮੁੱਦੇ ਉਠਾਊਂਗਾ। ਸਵਾਮੀਨਾਥਨ ਦੀਆਂ ਰਿਪੋਰਟਾਂ ਲਾਗੂ ਕਰਨ ਦਾ ਆਖਰੀ ਮੌਕਾ ਹੈ, ਕਰ ਦਿਓ। ਦਿੱਲੀ ਸਰਕਾਰ ਨੇ ਸਵਾਮੀਨਾਥਨ ਦੀਆਂ ਰਿਪੋਰਟਾਂ ਲਾਗੂ ਕਰਤੀਆਂ, ਜਿੰਨਾ ਵੀ ਫਰਕ ਹੋਊਗਾ ਸਵਾਮੀਨਾਥਨ ਦੇ ਰੇਟਾਂ 'ਚ ਅਤੇ ਸੈਂਟਰ ਸਰਕਾਰ ਦੇ ਰੇਟਾਂ 'ਚ, ਜਿਹੜਾ ਫਰਕ ਹੈ ਉਹ ਬੋਨਸ ਦੇਊਗੀ ਦਿੱਲੀ ਗੌਰਮੈਂਟ। 80,000 ਏਕੜ ਦਿੱਲੀ ਦੇ ਵਿੱਚ ਫਸਲ ਜਿਹੜੀ ਹੈ ਹੁੰਦੀ ਹੈ, ਜਿਹੜੀ ਜ਼ਮੀਨ ਵਾਹੀਯੋਗ ਹੈ। ਸੋ ਜੇ ਦਿੱਲੀ ਸਰਕਾਰ ਕਰ ਸਕਦੀ ਹੈ, ਸੂਬਾ ਸਰਕਾਰਾਂ ਕਿਉਂ ਨਹੀਂ ਕਰ ਸਕਦੀਆਂ? ਸੋ ਇਹ ਸਾਰੇ ਮਾਮਲੇ ਮੈਂ ਬਜਟ ਸੈਸ਼ਨ ਦੇ ਵਿੱਚ ਪਾਰਲੀਮੈਂਟ 'ਚ ਉਠਾਊਂਗਾ। ਠੀਕ ਹੈ ਜੀ, ਉਹਨਾਂ ਦੀ ਮਰਜ਼ੀ ਹੈ, ਉਹਨਾਂ ਕੋਲ ਡੈਮੋਕ੍ਰੈਟਿਕ ਰਾਈਟ ਹੈ, ਅਤੇ ਉਹ ਆਪਣੇ ਜਿਹੜੇ ਪ੍ਰੋਗਰਾਮ ਲੈ ਕੇ ਜਾਣ ਲੋਕਾਂ ਕੋਲ, ਅਤੇ ਕਾਮਯਾਬੀ ਹੋ ਜੂ। ਦੇਖੋ ਜੀ, ਸੰਗਠਨ ਵੱਡਾ ਹੁੰਦਾ, ਵਿਅਕਤੀ ਵੱਡਾ ਨਹੀਂ ਹੁੰਦਾ। ਨਵੀਆਂ ਪਾਰਟੀਆਂ ਨੇ ਹਜੇ ਚੋਣ ਨਿਸ਼ਾਨ ਵੀ ਨਹੀਂ ਮਿਲਿਆ ਇਹਨਾਂ ਨੂੰ, ਅਤੇ ਮੈਂ ਤਾਂ ਇਹੀ ਕਹਿੰਦਾ ਗੁੱਡ ਲੱਕ ਕਹੂੰਗਾ ਮੈਂ ਤਾਂ, ਕਿ ਉਹਨਾਂ ਨੂੰ ਬੈਸਟ ਵਿਸ਼ਸ ਨੇ, ਅਤੇ ਉਹ ਆਪਦਾ ਪ੍ਰੋਗਰਾਮ ਲੈ ਕੇ ਜਾਣ। ਲੋਕ ਮਾਲਕ ਨੇ, ਲੋਕਾਂ ਨੂੰ ਚੰਗਾ ਲੱਗੂਗਾ ਤਾਂ ਵੋਟ ਪਾਉਣਗੇ। ਜੋ ਸਰਕਾਰ ਹੀ ਡੰਮੀ ਹੈ ਜੀ, ਕੋਈ ਚੀਜ਼ ਤਾਂ ਅਸਲੀ ਹੋਵੇ ਨਾ। ਇਹਨਾਂ ਨੇ ਵਾਅਦੇ ਵੀ ਸਾਰੇ ਡੰਮੀ ਕੀਤੇ ਨੇ, ਸਾਰੇ ਵਾਅਦੇ ਝੂਠੇ ਨਿਕਲੇ ਨੇ। ਨੌਕਰੀਆਂ ਦੇਣ ਦੇ ਹੋਣ, ਚਾਹੇ ਕਰਜ਼ਾ ਮਾਫੀ ਦੇ ਹੋਣ, ਕਰਜ਼ਾ ਮਾਫੀ ਦੇ ਨਾਂ 'ਤੇ ਜ਼ਖਮਾਂ 'ਤੇ ਲੂਣ ਛਿੜਕ ਰਹੇ ਨੇ, ਕਿਸੇ ਦਾ 200 ਰੁਪਏ ਮਾਫ਼, ਕਿਸੇ ਦਾ 154 ਰੁਪਏ ਮਾਫ਼। ਹਾਂ, ਜਿਹੜੇ 2-4 ਘਰਾਂ ਦੇ ਮਾਫ਼ ਕੀਤੇ ਨੇ ਉਹ ਇਹਨਾਂ ਦੇ ਆਪਦੇ ਨੇ। ਸੋ ਇਹਦੇ ਵਿੱਚ ਵੀ ਪੱਖਪਾਤ ਹੈ। ਇਹ ਡਰਾਮੇਬਾਜ਼ੀ, ਚੋਣ ਸਟੰਟ ਜਿਹੜਾ ਬੰਦ ਕਰਨਾ ਚਾਹੀਦਾ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਰੋ 93978 93978।